News, views, voices of the global Indian community. India abroad. ਈਕੋ ਸਿੱਖ ਵਾਸ਼ਿੰਗਟਨ ਟੀਮ ਵੱਲੋਂ ਬੱਚਿਆਂ ਲਈ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਗੁਰਬਾਣੀ ਵਿੱਚ ਦਿੱਤੇ ਸੰਦੇਸ਼ ਦੇ ਰਾਹੀਂ ਧਰਤੀ ਨੂੰ ਬਚਾਉਣ ਲਈ, ਕੁਦਰਤ ਨੂੰ ਪ੍ਰਫੁੱਲਤ ਕਰਨ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ, ਕਿਵੇਂ ਬੱਚਿਆਂ ਵਿੱਚ ਆਤਮ ਵਿਸ਼ਵਾਸ ਲਿਆਂਦਾ ਜਾ ਸਕਦਾ ਹੈ, ਹੁਕਮਨਾਮੇ ਦੀ ਵਿਚਾਰ ਤੋਂ ਸ਼ੁਰੂ ਕਰਕੇ ਸਾਇੰਸ ਅਤੇ ਸਿੱਖੀ ਆਧਾਰਿਤ ਪ੍ਰਤੀਯੋਗਤਾ ਤੱਕ ਲੀਡਰਸ਼ਿਪ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੂੰ ਮੂਲ ਮੰਤਰ ਦੇ ਅਰਥ, ਗੁਰਬਾਣੀ ਕੀਰਤਨ ਦੀ ਸਿਖਲਾਈ, ਕੁਦਰਤ ਦੀ ਸਾਂਭ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਬਸੰਤ ਰਾਗ ਵਿੱਚ ਥੀਮ ਸ਼ਬਦ ਦੇਖ ਫੂਲ ਫੂਲ ਫੂਲੇ ਦੀ ਹਾਰਮੋਨੀਅਮ 'ਤੇ ਸਿਖਲਾਈ ਵੀ ਦਿੱਤੀ ਗਈ। ਕੈਂਪਰਾਂ ਨੇ ਕੁਦਰਤ ਦੀ ਦੇਖਭਾਲ ਅਤੇ ਸਕਿੱਟ ਤਿਆਰ ਕਰਨ ਦਾ ਕੰਮ ਵੀ ਕੀਤਾ ਅਤੇ ਉਹਨਾਂ ਨੇ ਇੱਕ ਐਕਟ ਖੇਡਣ ਲਈ ਟੀਮ ਵਜੋਂ ਕੰਮ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ ਸਤਿ ਸ੍ਰੀ ਅਕਾਲ। ਲੰਗਰ ਕੇ ਦੇਖ ਦੇਖ ਫਤਿਹ, 1 2 3 ਗੋ ਜੀ।